ਤੁਸੀਂ ਮੇਰੇ ਪਿੱਛੇ ਦੇਖਦੇ ਹੋ, ਅੱਜ ਮੇਰਾ ਪਹਿਲਾ ਦਿਨ ਆ ਡਿਊਟੀ ਦਾ ਅਤੇ ਡਿਲੀਵਰੀ ਮੈਂ ਕਰ ਰਿਹਾ ਹਾਂ। ਧੁੱਪ ਬਹੁਤ ਜ਼ਿਆਦਾ ਤੇਜ਼ ਹੈ ਅਤੇ ਡਿਲੀਵਰੀ ਬੋਆਏ ਦਾ ਕੰਮ ਮਿਲਿਆ ਮੈਨੂੰ, ਅਤੇ ਡਿਲੀਵਰੀ ਬੋਆਏ ਦਾ ਕੰਮ ਮੈਂ ਪਹਿਲਾਂ ਵੀ ਕਰਦਾ ਸੀਗਾ ਪਰ ਹੁਣ ਵੀ ਕਰ ਰਿਹਾ। ਲੇਕਿਨ ਉਹਦੇ ਵਿੱਚ ਪਤਾ ਕੀ ਹੈ, ਇਹ ਥੋੜ੍ਹਾ ਜਿਹਾ ਸਿਸਟਮ ਚੇਂਜ ਆ, ਮੇਰਾ ਸਿਸਟਮ ਇਸ ਕਰਕੇ ਚੇਂਜ ਆ ਕਿਉਂਕਿ ਇਹਦੇ ਵਿੱਚ ਨਾ ਸਿਰਫ ਮੈਂ ਦਵਾਈ ਸਪਲਾਈ ਕਰਨੀ ਹੁੰਦੀ ਆ। ਪਹਿਲਾ ਡੇ ਸੀਗਾ, ਪਹਿਲੀ ਕੰਸਾਈਨਮੈਂਟ ਮੈਂ ਦੇ ਕੇ ਆਇਆ ਵਾਂ, ਦੂਸਰੀ ਹੁਣ ਕਦੋਂ ਮਿਲਦੀ ਇਹ ਨਹੀਂ ਪਤਾ ਹੈਗਾ, ਪਰ ਆਉਂਦੇ ਆਉਂਦੇ ਇੱਕ ਚੀਜ਼ ਦਿਖੀ ਹੈ ਬਾਈ ਮੋਹਾਲੀ 'ਚ। ਪਹਿਲਾਂ ਤੁਸੀਂ ਦੇਖਿਆ ਹੋਣਾ ਕਿ 11 ਫੇਸ ਸੀਗਾ ਸਟੇਡੀਅਮ, ਹੈ ਨਾ, ਹੁਣ ਉਹ ਦੇਖੋ ਸਟੇਡੀਅਮ ਬਣ ਚੁੱਕਾ ਇੱਥੇ। ਇਹ ਕ੍ਰਿਕਟ ਸਟੇਡੀਅਮ ਹੈ ਜਿੱਥੇ 2020 ਦੇ ਮੈਚ ਜਾਂ ਵਨਡੇ ਜਾਂ ਕੋਈ ਵੀ ਇੱਥੇ ਖੇਡੇ ਜਾ ਸਕਦਾ। ਦੇਖੋ ਬਹੁਤ ਸੋਹਣਾ ਬਣਿਆ ਹੋਇਆ, ਮੈਂ ਤੁਹਾਨੂੰ ਦਿਖਾ ਦਿੰਦਾ ਥੋੜ੍ਹਾ ਨੇੜੇ ਜਿਹੇ ਕਰਕੇ, ਕਿਉਂਕਿ ਤੁਹਾਨੂੰ ਪਤਾ ਆਪਾਂ ਗੇਟ ਦੇ ਮੂਹਰੇ ਖੜ੍ਹ ਕੇ ਵੀਡੀਓ ਨਹੀਂ ਬਣਾ ਸਕਦੇ। ਆ ਆ ਆਪਣੇ ਸਟੇਡੀਅਮ ਬਣਿਆ ਉਰੇ ਬਾਈ, ਬਹੁਤ ਸੋਹਣਾ ਸਟੇਡੀਅਮ ਬਣਿਆ ਵਾ। ਪੁਲ ਹੈ ਇਹ, ਮੁੱਲਾਪੁਰ ਰੋਡ ਹੈ ਇਹ ਰੋਡ ਮੁੱਲਾਪੁਰ ਨੂੰ ਜਾਂਦਾ ਵਾ, ਉਸ ਰੋਡ ਦੇ ਉੱਤੇ ਬਣਿਆ ਹੋਇਆ, ਸੱਜੇ ਪਾਸੇ ਆਊਗਾ ਸਟੇਡੀਅਮ, ਕਾਫੀ ਦੂਰੋਂ ਹੀ ਦਿਖ ਜਾਂਦਾ ਵਾ ਲਾਈਟਾਂ ਲੁੱਟਾਂ। ਇਹ ਵਧੀਆ ਚੀਜ਼ ਆ ਬਾਈ, ਮੈਨੂੰ ਬਹੁਤ ਵਧੀਆ ਲੱਗੀ ਸੀ, ਮੈਂ ਤਾਂ ਤੁਹਾਨੂੰ ਦਿਖਾਉਣੀ ਜ਼ਰੂਰੀ ਸਮਝਿਆ ਕਿਉਂਕਿ ਅੱਜ ਮੇਰਾ ਪਹਿਲਾ ਡੇ ਹੈ ਕੰਮ ਦਾ, ਮੈਂ ਤਾਂ ਵੀ ਤੁਹਾਨੂੰ ਦਿਖਾਉਣਾ ਜ਼ਰੂਰੀ ਸਮਝਦਾ ਸੀਗਾ ਕਿ ਵੀਡੀਓ ਬਣਾ ਕੇ ਦੱਸਾਂਗੇ ਨਾ ਆਪਾਂ ਕੀ ਕੁਛ ਕਰਦੇ ਹਾਂ ਕੀ ਕੁਛ ਨਹੀਂ ਕਰਦੇ, ਸਾਡੀ ਜ਼ਿੰਦਗੀ 'ਚ ਕੀ ਕੁਛ ਚੱਲਦਾ ਵੀ ਤੁਹਾਡੇ ਨਾਲ ਸਾਂਝੇ ਕਰਨਾ ਵਾ। ਜਿਹੜੀ ਯੂਟਿਊਬ ਦੀ ਫੈਮਿਲੀ ਉਹ ਵੀ ਤਾਂ ਆਪਣੀ ਫੈਮਿਲੀ ਹੁੰਦੀ ਹੈ, ਇਸ ਕਰਕੇ ਮੇਰੇ ਦੱਸਣਾ ਫਰਜ਼ ਹੀ ਵਧੀਆ ਦੱਸਿਆ। ਅੱਜ ਸਾਰੇ ਦਿਨ ਦਾ ਮੇਰਾ ਕਿੱਦਾਂ ਦਾ ਕੰਮ ਰਿਹਾ ਮੈਂ ਤੁਹਾਨੂੰ ਜ਼ਰੂਰ ਨਾਲ ਦੀ ਨਾਲ ਦੱਸੀ ਜਾਊਂਗਾ, ਠੀਕ ਹੈ ਜੀ। ਬਣੇ ਰਿਹੋ ਵਲੌਗ ਦੇ ਨਾਲ, ਜਿਹੜੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈਲ ਆਈਕਨ ਜ਼ਰੂਰ ਦਬਾ ਦਿਓ ਕਿਉਂਕਿ ਮੈਂ ਆਉਣ ਵਾਲੀਆਂ ਵੀਡੀਓ ਜਿੰਨੀਆਂ ਵੀ ਨੇ ਸਾਰੀਆਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਦਾ ਰਹੂਗਾ ਉਹਦਾ, ਠੀਕ ਹੈ ਜੀ। ਬਣੇ ਰਿਹੋ ਵਲੌਗ ਦੇ। ਭਾਈ ਮੈਂ ਇਸੇ ਰੋਡ 'ਤੇ ਹੀ ਵਾਪਸ ਆ ਰਿਹਾ ਸੀਗਾ, ਹਜੇ ਪਿੱਛੋਂ ਦੀ ਹਜੇ ਸਟੇਡੀਅਮ ਦੇਖ ਕੇ ਹਟਿਆ, ਅਤੇ ਭਾਈ ਆਹ ਚੀਜ਼ ਇੱਕ ਨਵੀਂ ਮੈਨੂੰ ਦਿਖੀ ਇੱਥੇ, ਇਹ ਸਕੂਲ ਆ ਬਾਈ ਇੱਥੇ, ਆ ਇੱਥੇ ਸੇਵਨ ਸਕੂਲ ਆ ਕੋਈ, ਮੈਂ ਚੱਲਦੇ ਚੱਲਦੇ ਨਾਮ ਪੜਿਆ ਹੋਇਆ, ਨਾਮ ਗਲਤ ਵੀ ਨਾ ਹੋ ਜਾਏ। ਆ ਤੁਹਾਨੂੰ ਮੈਂ ਨੇੜੇ ਜਿਹੇ ਕਰਕੇ ਦਿਖਾਉਂਦਾ ਬਾਈ, ਆਹ ਚਰਚ ਹੈ, ਬਹੁਤ ਹੀ ਜ਼ਬਰਦਸਤ ਬਣੀ ਹੋਈ ਹੈ ਔਰ ਉੱਥੇ ਮੂਰਤੀਆਂ ਵੀ ਉੱਪਰ ਬਣੀਆਂ ਹੋਈਆਂ, ਕਾਫੀ ਜ਼ਬਰਦਸਤ ਲੱਗ ਰਹੀ ਆ। ਜੇ ਮਾਰੇ ਨੇ ਚਾਹਿਆ ਤਾਂ ਆਪਾਂ ਬਾਈ ਜ਼ਰੂਰ ਘੁੰਮ ਕੇ ਆਵਾਂਗੇ ਇੱਕ ਦਿਨ, ਇੱਥੇ ਗੇੜਾ ਕੱਢਾਂਗੇ ਜ਼ਰੂਰ। ਚਲੋ ਇਹ ਜਾਂਦੇ ਜਾਂਦੇ ਮੈਂ ਦੇਖੀ, ਮੈਨੂੰ ਵਧੀਆ ਲੱਗੀ, ਮੈਂ ਕਿਹਾ ਚੱਲ ਤੁਹਾਨੂੰ ਵੀ ਦਿਖਾਉਣੀ ਚਾਹੀਦੀ ਹੈ, ਬਹੁਤ ਵਧੀਆ ਲੱਗੀ ਬਾਈ ਚਰਚ। ਆਹ ਦੇਖ ਉਹ ਮੂਰਤੀਆਂ ਬਣੀਆਂ ਜਿਹੜੀ ਚਿੱਟੀ ਚਿੱਟੀਆਂ ਨਾ, ਆਹ ਜਗ੍ਹਾ ਦੇ ਉੱਤੇ, ਆਹ ਜਗ੍ਹਾ ਦੇ ਨਾ ਚਿੱਟੀ ਚਿੱਟੀਆਂ ਮੂਰਤੀਆਂ ਬਣੀਆਂ ਹੋਈਆਂ ਉੱਪਰ ਦੇਵਤਾਵਾਂ ਦੀਆਂ, ਇਹਨਾਂ ਦੇ ਦੇਵਤਾ ਜਿਹੜੇ ਹੁੰਦੇ ਆ ਜਿਹਨਾਂ ਨੂੰ ਕਹਿੰਦੇ ਏਂਜਲ ਕਹਿੰਦੇ, ਉਹਨਾਂ ਦੀ ਮੂਰਤੀਆਂ ਬਣੀਆਂ ਹੋਈਆਂ ਹੈ। ਕੈਮਰਾ ਥੋੜ੍ਹਾ ਹਿੱਲ ਰਿਹਾ ਕਿਉਂਕਿ ਮੈਂ ਜ਼ੂਮ ਕੀਤਾ ਹੋਇਆ ਬਾਈ, ਠੀਕ ਹੈ ਜੀ। ਆ ਰੋਡ ਦੇ ਉੱਪਰ ਹੀ ਹੈ, ਚਲੋ ਚੱਲਦੇ ਹਾਂ ਅੱਗੇ ਹੁਣ ਦੇਖਦੇ ਹਾਂ। ਹਾਂਜੀ ਵੀਰੇ, ਆ ਕਿਹਨੇ ਕਿਹਨੇ ਖਾਏ ਲੱਡੂ ਜ਼ਰੂਰ ਦੱਸਿਓ ਬਾਈ। ਦੇਖੋ ਇਹਦੇ 'ਚ ਹਰੀ ਮਿਰਚ ਵੀ ਹੈ ਜਿਹੜੀ ਆ ਤਲੀ ਹੋਈ ਆ, ਆਹ ਮਿੱਠੇ ਵਾਲੇ ਨੇ, ਆਹ ਮਿਰਚ ਵਾਲੇ ਨੇ, ਆਹ ਦਹੀਂ ਵਾਲਾ ਵਾ, ਅਲੱਗ ਅਲੱਗ ਚੀਜ਼ ਦੇ ਲੱਡੂ ਆ ਬਾਈ। ਕਿਹਨੇ ਕਿਹਨੇ ਖਾਏ ਆ ਜ਼ਰੂਰ ਦੱਸਿਓ। ਬਹੁਤ ਵਧੀਆ, ਮਜ਼ਾ ਆ ਗਿਆ। ਅਤੇ ਬਾਈ ਮੈਂ ਜਿਹੜੀ ਪਹਿਲਾਂ ਨਾ ਵੀਡੀਓ ਆਪਣੀ ਕੰਟੀਨਿਊ ਨਹੀਂ ਕਰ ਸਕਿਆ ਪਰਸੋਂ ਵਾਲੀ, ਤਾਂ ਨਹੀਂ ਕਰ ਸਕਿਆ ਕਿਉਂਕਿ ਯਾਰ ਇੱਕ ਪ੍ਰੋਬਲਮ ਆ ਗਈ ਸੀ, ਪ੍ਰੋਬਲਮ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ, ਫਿਰ ਕਰੂੰਗਾ। ਫਿਲਹਾਲ ਲਈ ਯਾਰ ਪਹਿਲਾਂ ਖਾੜੀ, ਮੈਂ ਯਾਰ ਇੱਕ ਜਿਹੜੀ ਜੋਬ 'ਤੇ ਲੱਗਿਆ ਨਵੀਂ, ਉਹ ਹੈਗਾ ਮੈਡੀਕਲ ਲਾਈਨ ਦੇ ਵਿੱਚ ਹੈ, ਮੈਂ ਦਵਾਈਆਂ ਸਪਲਾਈ ਕਰਨੀਆਂ ਹੁੰਦੀਆਂ, ਅਤੇ ਦਵਾਈਆਂ ਦੇ ਵਿੱਚ ਨਾ ਪਤਾ ਕੀ ਹੋਇਆ ਪਰਸੋਂ ਕੀ ਹੋਇਆ, ਮੈਂ ਦਵਾਈਆਂ ਲੈ ਕੇ ਗਿਆ, ਦੋ ਪਾਰਸਲ ਸੀਗੇ, ਇੱਕ ਪਾਰਸਲ ਮੈਂ ਹਨੇਰੇ ਦੇ ਵਿੱਚ ਮੋਟਰਸਾਈਕਲ 'ਤੇ ਛੱਡਿਆ ਆ, ਦੂਸਰਾ ਪਾਰਸਲ ਮੈਂ ਦੁਕਾਨ 'ਤੇ ਜਾ ਕੇ ਦੇ ਆਇਆ। ਜਦੋਂ ਵਾਪਸ ਆਇਆ ਆ ਕੇ ਦੇਖਿਆ ਉੱਥੇ ਨਾ ਉਹ ਘੁੰਮਦੇ ਸੀਗੇ ਜਿਹੜੇ ਕੂੜਾ ਕਾੜਾ ਇਕੱਠਾ ਕਰਦੇ ਆ, ਕਚਰਾ ਕੁਚਰੇ ਦੇ ਵਿੱਚ ਲਿਫਾਫੇ ਇਕੱਠੇ ਕਰਦੇ, ਉਹ ਘੁੰਮਦੇ ਸੀ, ਅਤੇ ਮੈਂ ਇਗਨੋਰ ਕਰਤਾ ਉਹਨਾਂ ਨੂੰ, ਮੈਂ ਇਗਨੋਰ ਕਰਕੇ ਚਲਾ ਗਿਆ। ਜਦੋਂ ਵਾਪਸ ਆਇਆ ਮੋਟਰਸਾਈਕਲ 'ਤੇ ਲਿਫਾਫਾ ਹੀ ਹੈ ਨਹੀਂ ਸੀ, ਪਿੱਛੇ ਬੋਕਸ ਸੀਗਾ ਐਸੇ ਮੋਟਰਸਾਈਕਲ 'ਤੇ ਬੰਨਿਆ ਹੋਇਆ ਸੀਗਾ, ਮੈਂ ਉਹ ਵੀ ਟੇਢਾ ਹੋਇਆ ਹੋਇਆ ਸੀਗਾ, ਪਰ ਬਾਈ ਕੰਮ ਖਰਾਬ ਹੋ ਗਿਆ ਮੇਰਾ, ਉੱਦਣ ਹੀ ਮੇਰਾ ਨੁਕਸਾਨ ਹੋ ਗਿਆ, ਪਹਿਲਾ ਦਿਨ ਪਹਿਲਾਂ ਹੀ ਨੁਕਸਾਨ। ਬਸ ਉਸੇ ਤੋਂ ਬਾਅਦ ਵੀ ਮੈਨੂੰ ਨਹੀਂ ਪਤਾ ਲੱਗਿਆ ਹੈਗਾ, ਇੱਕ ਲਿਫਾਫਾ ਦੇ ਨਾਲ ਟੰਗਿਆ ਹੋਇਆ ਸੀਗਾ, ਇੱਕ ਮੈਂ ਲੈ ਗਿਆ ਸੀ ਨਾਲ,
ਜਦੋਂ ਵਾਪਸ ਆਇਆ ਹੈ ਹੀ ਨਹੀਂ ਸੀ ਮੋਟਰਸਾਈਕਲ, ਬਸ ਉਹ ਨੁਕਸਾਨ ਹੋਇਆ ਪਹਿਲਾ ਦਿਨ ਪਹਿਲੀ ਜੋਬ ਔਰ ਨੁਕਸਾਨ। ਸ਼ਾਮ ਦਾ ਟਾਈਮ ਸੀ 7:30-8 ਵਜੇ ਦਾ, ਜਦੋਂ ਹਨੇਰਾ ਜਿਹਾ ਹੋ ਜਾਂਦਾ ਹਲਕਾ ਹਲਕਾ ਉਦੋਂ ਦਾ ਟਾਈਮ ਸੀ, ਹਨੇਰੇ 'ਚ ਮੋਟਰਸਾਈਕਲ ਕੱਢਿਆ ਸੀ, ਬਹੁਤ ਕੁਛ ਨਹੀਂ ਪਤਾ ਲੱਗਿਆ ਯਾਰ। ਬਸ ਜੋ ਲਿਖਿਆ ਹੁੰਦਾ ਨਾ ਮੁਕੱਦਰਾਂ 'ਚ, ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਜੋ ਵੀ ਕਰਦਾ ਪਰਮਾਤਮਾ ਹੀ ਕਰਦਾ, ਜੋ ਨੁਕਸਾਨ ਸਾਡੇ ਕਰਮਾਂ 'ਚ ਲਿਖਿਆ ਬਾਈ ਉਹ ਹੋਣਾ ਹੀ ਹੋਣਾ ਵਾ, ਠੀਕ ਹੈ। ਚਲੋ ਖੈਰ ਆਪਾਂ ਇਹ ਗੱਲ ਨੂੰ ਨਵੀਂ ਅੱਗੇ ਨਹੀਂ ਵਧਾਉਂਦੇ ਯਾਰ, ਚਲੋ ਹੁਣ ਆਪਾਂ ਚੱਲਦੇ। ਪਹਿਲਾਂ 16 ਸੈਕਟਰ ਜਾ ਕੇ ਮੈਂ ਤਾਂ ਦੇਣਾ ਇੱਕ ਪਾਰਸਲ ਰਹਿ ਗਿਆ ਵਾ, ਡਾਕਟਰ ਸਾਹਿਬ ਨੂੰ ਦੇਣਾ ਵਾ, ਉਸ ਤੋਂ ਬਾਅਦ ਫ੍ਰੀ ਹਾਂ ਮੈਂ, ਫਿਰ ਵਾਪਸ ਜਾਣਾ ਵਾ, ਸ਼ਾਮ ਨੂੰ ਆਪਾਂ ਵੀਡੀਓ ਪੈਂਟ ਕਰ ਦੇਣੀ। ਹਾਂਜੀ ਦੋਸਤੋ, ਅਤੇ ਹਜੇ ਵੀ ਦੇਖ ਲਓ ਮੇਰਾ ਵਰਕ ਚੱਲ ਰਿਹਾ, ਪਿੱਛੇ ਦੇਖੋ ਬੋਕਸ ਹੈ ਅਤੇ ਮੈਂ ਅੱਗੇ ਬੈਗ ਟੰਗਿਆ ਹੋਇਆ, ਅਤੇ ਮੇਰੇ ਨਾਲ ਤਾਂ ਜਿਹੜੇ ਮੁੰਡੇ ਨੂੰ ਬੋਕਸ ਦੇਣਾ ਮੈਂ ਉਹ ਗਿਆ ਹੋਇਆ ਵਾ ਪੈਟਰੋਲ ਪੰਪ ਪੈਟਰੋਲ ਪਾਉਣ ਵਾਸਤੇ, ਜਦੋਂ ਹੀ ਆਉਂਦਾ ਮੈਂ ਉਹਨੂੰ ਬੋਕਸ ਦੇ ਦੇਣਾ, ਮੈਂ ਨਿਕਲ ਜਾਣਾ ਘਰ ਨੂੰ। ਬਾਈ ਜਿਹੜੇ ਬੰਦੇ ਨੂੰ ਮੈਂ ਸਪਲਾ ਹੀ ਫੜਾਉਣ ਆਇਆ ਨਾ, ਉਹ ਬੰਦਾ ਤੇਲ ਮੁੱਕ ਗਈ ਰਾਸਤੇ ਵਿੱਚ, ਉਹ ਖੜਿਆ ਬੰਦਾ ਪੈਟਰੋਲ ਪਾਉਣ ਲਈ ਖੜਿਆ, ਅਤੇ ਬੰਦਾ ਹਜੇ ਨਵਾਂ ਹੀ ਆ ਆਪਣੇ, ਮੈਂ ਵੀ ਉਹਦੇ ਨਾਲ ਬਾਈ ਨਵਾਂ ਹੀ ਹਾਂ, ਅਤੇ ਮੈਂ ਖੜਿਆ ਪੈਟਰੋਲ ਪੰਪ ਇਸ ਟਾਈਮ 70 ਸੈਕਟਰ, ਅਤੇ ਬਸ ਫਿਰ ਇੰਨੀ ਕੁ ਵੀਡੀਓ ਦਿਖਾਉਣੀ ਆ ਬਾ ਤੁਹਾਨੂੰ ਹੁਣ, ਅਤੇ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਣੀ ਆ, ਵਧੀਆ ਲੱਗੀ ਆ ਤਾਂ ਲਾਈਕ ਜ਼ਰੂਰ ਕਰਿਓ, ਚੈਨਲ 'ਤੇ ਨਵੇਂ ਸਬਸਕ੍ਰਾਈਬ ਕਰਿਓ, ਮਿਲਦੇ ਕਿਸੇ ਨਵੀਂ ਵੀਡੀਓ ਵਿੱਚ, ਤਦ ਤੱਕ ਲਈ ਧੰਨਵਾਦ, ਬਾਏ ਬਾਏ।